ਪ੍ਰਵਨੀਤ ਬਿੱਟੂ ਜੋ ਕਿ ਅੱਜ ਕੱਲ੍ਹ ਰਾਹੁਲ ਗਾਂਧੀ ਦੇ ਉੱਤੇ ਬਹੁਤ ਬੋਲਦੇ ਹੋਏ ਨਜ਼ਰ ਆਉਂਦੇ ਨੇ ਅਤੇ ਹੁਣ ਉਹਨਾਂ ਦੇ ਉੱਤੇ FIR ਵੀ ਦਰਜ ਹੋ ਗਈ ਹੈ ਜੀ। ਕਾਂਗਰਸ ਦੇ ਸੀਨੀਅਰ ਆਗੂ ਇਹ ਤੁਗਲਕ ਰੋਡ ਥਾਣੇ ਦੇ ਵਿੱਚ ਜਾਂਦੇ ਨੇ ਔਰ ਬਿੱਟੂ ਵਿਰੁੱਧ ਸ਼ਿਕਾਇਤ ਦਿੰਦੇ ਨੇ ਅਤੇ FIR ਦਰਜ ਹੋ ਜਾਂਦੀ। ਅੱਜ ਫਿਰ ਬਿਆਨ ਦਿੱਤਾ ਉਹਨੇ ਬਿੱਟੂ ਨੇ, ਮੈਂ ਆਪਣੀ ਗੱਲ 'ਤੇ ਕਾਇਮ ਹੈ। ਬੜਾ ਤੂੰ ਮਾਰਕਾ ਮਾਰਿਆ ਜਿਹਦੇ ਨਾਲ ਬਿਸ਼ਪ ਦੇ ਵਿੱਚ ਨਾ ਬਣੇ। ਔਰ ਕਾਂਗਰਸ ਦੇ ਆਗੂਆਂ ਨੇ ਵੀ ਬਹੁਤ ਸਖਤ ਟਿੱਪਣੀਆਂ ਇਸ ਬਿੱਟੂ ਦੇ ਉੱਤੇ ਕੀਤੀਆਂ ਨੇ। ਅਮਿਤ ਸ਼ਾਹ ਸਾਹਿਬ ਜਿਹੜੇ ਬੜੇ ਜਿਹਦੇ ਕਰਕੇ ਇਹਨਾਂ ਦੀ ਆਵਾਜ਼ ਨਿਕਲਦੀ ਹੈ, ਕਹਿੰਦੇ ਨਾ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਪਤਾ ਨਹੀਂ ਕੌਣ ਬੋਲਦਾ। ਸੋ ਰਵਨੀਤ ਬਿੱਟੂ 'ਤੇ, ਕਿਉਂਕਿ ਕੋਈ ਨਾ ਕੋਈ ਬੰਦਾ ਪਿੱਛੇ ਬੋਲਦਾ ਹੁੰਦਾ ਜਿਹਦੇ ਸ਼ਹਿ ਹੁੰਦੀ ਹੈਗੀ। ਬਿੱਟੂ ਦਾ ਬਿਆਨ ਸਾਹਮਣੇ ਆ, ਕਹਿੰਦੇ ਮੈਂ ਰਾਹੁਲ ਗਾਂਧੀ ਬਾਰੇ ਬੋਲਦਾ ਰਹਾਂਗਾ, ਮੈਨੂੰ ਜੋ ਮੈਂ ਬੋਲਿਆ ਵੀ ਉਹਦੇ ਬਾਰੇ ਮੈਨੂੰ ਕੋਈ ਅਫਸੋਸ ਨਹੀਂ ਹੈ। ਕਿਉਂ ਕਹਿੰਦਾ ਮੈਨੂੰ ਕੋਈ ਅਫਸੋਸ ਨਹੀਂ, ਫਿਰ ਠੀਕ ਹੈ, ਫਿਰ FIR ਦਰਜ ਹੋ ਗਈ। ਇਹ ਪਿਰਤ ਗਲਤ ਹੈ। ਅੱਜ ਇਹ ਰਵਨੀਤ ਬਿੱਟੂ 'ਤੇ ਪਈ ਹੈ, ਕੱਲ੍ਹ ਨੂੰ ਕਿਸੇ ਹੋਰ 'ਤੇ ਵੀ ਪੈ ਸਕਦੀ ਹੈ। ਪਤਾ ਹੀ ਹੈ ਕਿ ਬੀਬੀ ਜਗੀਰ ਕੌਰ ਦੇ ਉੱਤੇ ਇਲਜ਼ਾਮ ਲੱਗਿਆ ਵੀ ਇਹਨਾਂ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਸੀ, ਜਿਹਦੇ ਚੱਲਦੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਵੀ ਇਹਨਾਂ ਨੂੰ ਅਕਾਲ ਤਖਤ ਵਿਖੇ ਤਲਬ ਕੀਤਾ ਜਾਵੇ ਅਤੇ ਸਜ਼ਾ ਦਿੱਤੀ ਜਾਵੇ। ਹਾਲਾਂਕਿ ਮਾਮਲਾ ਕੋਰਟ ਦੇ ਅਧੀਨ ਸੀ। ਦੇਖੋ ਇਹ ਮਾਮਲਾ ਜਿਹੜਾ ਹੈਗਾ ਬੀਬੀ ਜਗੀਰ ਕੌਰ ਦੀ ਜਿਹੜੀ ਸਪੁੱਤਰੀ ਹਰਪ੍ਰੀਤ ਕੌਰ ਦਾ ਕੇਸ ਸੀ, CBI ਦਾ ਹੋਇਆ, ਪਟਿਆਲੇ ਦੇ ਵਿੱਚ ਚੱਲਿਆ ਅਤੇ ਪਟਿਆਲੇ ਦੀ CBI ਅਦਾਲਤ ਨੇ ਬੀਬੀ ਜਗੀਰ ਕੌਰ ਹੋਰਾਂ ਨੂੰ ਸਜ਼ਾ ਦੇ। ਜੇ ਹੁਣ ਅਦਾਲਤ ਨੇ ਉਹਨਾਂ ਨੂੰ ਬਰੀ ਕਰਤਾ, ਉਹਨਾਂ 'ਤੇ ਉਹ ਦੋਸ਼ ਮੁਕਤ ਹੋ ਗਏ, ਕਿਵੇਂ ਹੋਏ ਮੈਂ ਇਹਦੇ 'ਚ ਨਹੀਂ ਜਾਣਾ। ਅਤੇ ਫਿਰ ਉਹ ਦੋਸ਼ ਹੀ ਨਹੀਂ ਜਦੋਂ ਰਹੇ ਤਾਂ ਫਿਰ ਜਦ ਸਭ ਕਿਵੇਂ ਉੱਥੇ ਤਲਬ ਕਰ ਸਕਦੇ ਜੀ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉੱਤੇ NSA ਲੱਗਿਆ ਅਤੇ ਉਹਨਾਂ ਦੇ ਉੱਤੇ ਸਾਥੀਆਂ ਦੇ ਉੱਤੇ ਵੀ NSA ਲੱਗਿਆ ਅਤੇ ਲਗਾਤਾਰ ਉਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਦੇ ਨੇ ਵੀ NSA ਖਾਰਜ ਕੀਤੀ ਜਾਵੇ ਢਿੱਲ ਸਾਹਿਬ। ਪਰ ਹੁਣ ਜੋ ਗੱਲ ਨਿਕਲ ਕੇ ਸਾਹਮਣੇ ਵੀ ਹਾਈ ਕੋਰਟ ਨੇ ਹੁਣ ਸਾਰਾ ਰਿਕਾਰਡ ਮੰਗਿਆ ਵੀ NSA ਕਿਸ ਆਧਾਰ ਦੇ ਉੱਤੇ ਲਗਾਈ ਗਈ ਹੈ। ਇਸ ਸੰਬੰਧ ਦੇ ਵਿੱਚ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਸੰਬੰਧਿਤ ਸਾਰੀਆਂ ਧਿਰਾਂ ਨੂੰ ਨੋਟਿਸ ਕਰਤਾ ਹੈ ਕਿ ਅਗਲੀ ਤਰੀਕ ਦੇ ਉੱਤੇ ਤੁਸੀਂ ਆਓ, ਆ ਕੇ ਆਪੋ ਆਪਣਾ ਪੱਖ ਐਫੀਡੈਵਿਟ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕਰੋ। ਟਰਾਂਸਪੋਰਟ ਮੰਤਰੀ ਜੀ ਲਾਲਜੀਤ ਸਿੰਘ ਭੁੱਲਰ ਵੱਲੋਂ ਗੈਰ ਕਾਨੂੰਨੀ ਕਲੱਬਿੰਗ ਦੇ ਖਿਲਾਫ ਕਾਰਵਾਈ ਦੀ ਆਦੇਸ਼ ਜਾਰੀ ਕਰ ਦਿੱਤੇ ਗਏ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਅਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਉਣ ਦਾ ਬੜਾ ਸਵਾਗਤ ਕਰ ਰਹੇ ਹਾਂ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ, ਮਿਹਰਬਾਨੀ ਜੀ। ਜੀ ਢਿੱਲੋਂ ਸਾਹਿਬ, ਰਵਨੀਤ ਬਿੱਟੂ ਜੋ ਕਿ ਅੱਜ ਕੱਲ੍ਹ ਰਾਹੁਲ ਗਾਂਧੀ ਦੇ ਉੱਤੇ ਬਹੁਤ ਬੋਲਦੇ ਹੋਏ ਨਜ਼ਰ ਆਉਂਦੇ ਨੇ ਅਤੇ ਹੁਣ ਉਹਨਾਂ ਦੇ ਉੱਤੇ FIR ਵੀ ਦਰਜ ਹੋ ਗਈ ਹੈ ਜੀ। ਦੇਖੋ ਪਤਾ ਲੱਗਿਆ ਕਿ ਕੱਲ੍ਹ ਕਾਂਗਰਸ ਦੇ ਸੀਨੀਅਰ ਆਗੂ ਇਹ ਤੁਗਲਕ ਰੋਡ ਥਾਣੇ ਦੇ ਵਿੱਚ ਜਾਂਦੇ ਨੇ ਔਰ ਬਿੱਟੂ ਵਿਰੁੱਧ ਸ਼ਿਕਾਇਤ ਦਿੰਦੇ ਨੇ ਅਤੇ FIR ਦਰਜ ਹੋ ਜਾਂਦੀ ਹੈ। ਮੈਂ ਸਮਝਦਾ ਕਿ ਕੋਈ ਵੀ ਬੰਦਾ, ਉਹ ਰਵਨੀਤ ਬਿੱਟੂ ਹੈ
ਉਹ ਕੋਈ ਹੋਰ ਹੈ, ਇਹਨਾਂ ਦਾ ਪ੍ਰਧਾਨ ਜੇਪੀ ਨੱਡਾ ਹੈ, ਰਾਹੁਲ ਗਾਂਧੀ ਹੈ, ਮਲਕਰਜਨ ਖੜਗੇ ਹੈ, ਪ੍ਰਿਅੰਕਾ ਗਾਂਧੀ, ਸੋਨੀਆ ਗਾਂਧੀ ਹੈ ਜਾਂ ਕੋਈ ਹੋਰ। ਇੱਧਰਲੇ ਪਾਸੇ ਵੀ ਭਾਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ ਜਾਂ ਪ੍ਰਧਾਨ ਮੰਤਰੀ ਸਾਹਿਬ ਹੋਣ, ਇਹਨਾਂ ਨੂੰ ਭਾਸ਼ਾ ਦੀ ਮਰਿਆਦਾ 'ਚ ਰਹਿਣਾ ਚਾਹੀਦਾ। ਭਾਸ਼ਾ ਦੀ ਮਰਿਆਦਾ ਟੱਪਣੀ ਨਹੀਂ ਚਾਹੀਦੀ ਕਿਸੇ ਵੀ ਕੀਮਤ ਦੇ ਉੱਤੇ। ਪਰ ਉਹ ਅੱਜ ਫਿਰ ਬਿਆਨ ਦਿੱਤਾ ਉਹਨੇ ਬਿੱਟੂ ਨੇ, ਮੈਂ ਆਪਣੀ ਗੱਲ 'ਤੇ ਕਾਇਮ ਹੈ। ਬੜਾ ਤੂੰ ਮਾਰਕਾ ਮਾਰਿਆ ਜਿਹਦੇ ਨਾਲ ਵਿਸ਼ਵ ਦੇ ਵਿੱਚ ਨਾਂ ਬਣਿਆ। ਇਹਨਾਂ ਨੂੰ ਭਾਸ਼ਾ ਦੀ ਮਰਿਆਦਾ ਜ਼ਰੂਰ ਥੋੜ੍ਹਾ ਬਹੁਤਾ ਦੇਖਣੀ ਚਾਹੀਦੀ ਹੈ। ਇਸ ਸੰਬੰਧ ਦੇ ਵਿੱਚ FIR ਦੇ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦੇਤੀ। ਅੱਜ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੱਕ ਜਿਹੜੇ ਇਹਨਾਂ ਦੇ ਆਗੂ ਨੇ ਅਹੁਦਾ ਅਧਿਕਾਰੀ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੇਤਾ ਰਾਹੁਲ ਗਾਂਧੀ ਦੇ ਭਾਰਤ ਵਿੱਚ ਸਿੱਖਾਂ ਨੂੰ ਲੈ ਕੇ ਅਮਰੀਕਾ ਵਿੱਚ ਦਿੱਤੇ ਗਏ ਮਾਮਲੇ ਵਿੱਚ ਰੇਲ ਰਾਜ ਮੰਤਰੀ 'ਤੇ ਨਿਸ਼ਾਨਾ ਬਿੰਨਿਆ। ਜਦੋਂ ਬੰਬ ਬਣਾਉਣ 'ਚ ਮਾਹਰ ਲੋਕ ਰਾਹੁਲ ਗਾਂਧੀ ਦਾ ਸਮਰਥਨ ਕਰ ਰਹੇ ਨੇ, ਉਹ ਦੇਸ਼ ਦਾ ਨੰਬਰ 1 ਅੱਤਵਾਦੀ ਹੈ। ਇਸ ਬਿਆਨ ਦੀ ਨਿੰਦਾ ਕਰਦਿਆਂ ਕਾਂਗਰਸ ਨੇ ਬਿੱਟੂ ਨੂੰ ਇੱਕ ਸਿਰਫਿਰੇ ਆਦਮੀ ਦੀ ਤਰ੍ਹਾਂ ਗੱਲ ਕਰ ਰਿਹਾ ਆਖਿਆ ਹੈ। ਔਰ ਕਾਂਗਰਸ ਦੇ ਆਗੂਆਂ ਨੇ ਵੀ ਬਹੁਤ ਸਖਤ ਟਿੱਪਣੀਆਂ ਇਸ ਬਿੱਟੂ ਦੇ ਉੱਤੇ ਕੀਤੀਆਂ ਨੇ, ਕਿਉਂਕਿ ਇਹ ਬਿੱਟੂ ਉਸੇ ਕਾਂਗਰਸ ਦੇ ਵਿੱਚੋਂ 3 ਵਾਰ ਮੈਂਬਰ ਪਾਰਲੀਮੈਂਟ ਬਣੇ, ਜਿਸ 'ਤੇ 2 ਵਾਰ ਅਨੰਦਪੁਰ ਸਾਹਿਬ ਤੋਂ, 1 ਵਾਰ ਲੁਧਿਆਣੇ ਤੋਂ, ਐਕਤੀ 3 ਵਾਰ ਖੜ੍ਹੇ ਸੀ, ਚੌਥੀ ਵਾਰ 3 ਵਾਰ ਤਾਂ ਰਹੇ ਨੇ ਐਕਤੇ ਲੁਧਿਆਣੇ ਦੇ ਲੋਕਾਂ ਨੂੰ, ਇਹਨਾਂ ਨੂੰ ਖੈਰ ਨਹੀਂ ਪਾਈ, ਹਾਰ ਗਏ। ਅਮਿਤ ਸ਼ਾਹ ਸਾਹਿਬ ਜਿਹੜੇ ਬੜੇ, ਜਿਹਦੇ ਕਰਕੇ ਇਹਨਾਂ ਦੀ ਆਵਾਜ਼ ਨਿਕਲਦੀ ਹੈ, ਕਹਿੰਦੇ ਨਾ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਪਤਾ ਨਹੀਂ ਕੌਣ ਬੋਲਦਾ। ਸੋ ਰਵਨੀਤ ਬਿੱਟੂ 'ਤੇ, ਕਿਉਂਕਿ ਕੋਈ ਨਾ ਕੋਈ ਬੰਦਾ ਪਿੱਛੇ ਬੋਲਦਾ ਹੁੰਦਾ ਜਿਹਦੇ ਸ਼ਹਿ ਹੁੰਦੀ ਹੈਗੀ, ਜਾਂ ਉਹ ਸ਼ਹਿ ਮੰਨੇ ਨਾ ਮੰਨੇ ਬੰਦਾ ਆਪ ਹੀ ਮੰਨੀ ਜਾਂਦਾ ਕਿ ਮੇਰੇ ਪਿੱਛੇ ਹੈਗੀ ਆ ਸ਼ਕਤੀ। ਸੋ ਦੂਜੇ ਪਾਸੇ ਹੋਰਾਂ ਨੇ ਵੀ ਇਹਦੇ ਵਿੱਚ ਗੱਲ ਕੀਤੀ ਹੈ। ਹੁਣ ਤੁਗਲਕ ਰੋਡ ਥਾਣੇ ਦੇ ਵਿੱਚ ਜੋ ਜਾਣਕਾਰੀ ਮਿਲੀ ਹੈ, ਇਸ ਰਵਨੀਤ ਬਿੱਟੂ ਦੇ ਉੱਤੇ ਕੇਸ ਦਰਜ ਹੋ ਗਿਆ ਵੱਖ ਵੱਖ ਧਰਾਵਾਂ ਦੇ ਅਧੀਨ। ਮੈਂ ਫਿਰ ਇੱਕ ਵਾਰੀ ਕਹਾਂ ਕਿ ਭਾਵੇਂ ਕਿਸੇ ਪਾਰਟੀ ਦਾ ਕੋਈ ਆਗੂ ਹੈ, ਸੰਵਿਧਾਨ ਤੋਂ ਕੋਈ ਵੱਡਾ ਨਹੀਂ, ਉਹ ਤੁਸੀਂ ਮਾੜੀ ਮੋਟੀ ਕੋਈ ਮਰਿਆਦਾ ਰੱਖ ਲਓ ਯਾਰ, ਭਾਸ਼ਾ ਦੀ ਮਰਿਆਦਾ ਰੱਖ ਲਓ, ਬੋਲਣ ਦੀ ਮਰਿਆਦਾ ਰੱਖ ਲਓ। ਤੁਹਾਡੀਆਂ ਲਗਾਮਾਂ ਕਿਉਂ ਖੁੱਲ੍ਹ ਜਾਂਦੀਆਂ ਨੇ ਅਤੇ ਤੁਹਾਡੀਆਂ ਜਵਾਨਾਂ ਬਿਨਾਂ ਬ੍ਰੇਕਾਂ ਤੋਂ ਪਤਾ ਨਹੀਂ ਕੀ ਬੋਲ ਜਾਂਦੀਆਂ ਨੇ, ਬਚਣਾ ਚਾਹੀਦਾ ਜੀ। ਜੀ ਸੋ ਦੂਜੇ ਪਾਸੇ ਢਿੱਲ ਸਾਹਿਬ ਰਾਹੁਲ ਗਾਂਧੀ ਦਾ, ਮਾਫ਼ ਕਰਨਾ, ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ, ਕਹਿੰਦੇ ਮੈਂ ਰਾਹੁਲ ਗਾਂਧੀ ਬਾਰੇ ਬੋਲਦਾ ਰਹਾਂਗਾ, ਮੈਨੂੰ ਜੋ ਮੈਂ ਬੋਲਿਆ ਵੀ ਉਹਦੇ ਬਾਰੇ ਮੈਨੂੰ ਕੋਈ ਅਫਸੋਸ ਨਹੀਂ ਹੈ ਜੀ। ਮੈਂ ਵੀ ਤਾਂ ਉਹੀ ਕਿਹਾ ਨਾ ਕਿ ਉਹ ਕਹਿੰਦਾ ਮੈਨੂੰ ਕੋਈ ਅਫਸੋਸ ਨਹੀਂ, ਫਿਰ ਠੀਕ ਹੈ, ਫਿਰ FIR ਦਰਜ ਹੋ ਗਈ। ਇਹ ਪਿਰਤ ਗਲਤ ਹੈ, ਅੱਜ ਇਹ ਰਵਨੀਤ ਬਿੱਟੂ 'ਤੇ ਪਈ ਹੈ, ਕੱਲ੍ਹ ਨੂੰ ਕਿਸੇ ਹੋਰ 'ਤੇ ਵੀ ਪੈ ਸਕਦੀ ਹੈ। ਅਤੇ ਬਿਹਤਰ ਇਹ ਹੈ ਕਿ ਤੁਸੀਂ ਜੇ ਆਲੋਚਨਾ ਕਰਨੀ ਹੈ, ਹੋਰ ਤਰ੍ਹਾਂ ਦੇ ਬਹੁਤ ਸ਼ਬਦ ਨੇ,
ਤੁਸੀਂ ਇਹ ਸ਼ਬਦ ਕਿਉਂ ਵਰਤਨੇ ਨੇ? ਤੁਸੀਂ ਜੇ ਸਰਕਾਰਾਂ ਦੀ ਆਲੋਚਨਾ ਕਰਨੀ ਆ, ਉਹਦੀ ਕਾਰਗੁਜ਼ਾਰੀ ਤੇ ਕਰੋ। ਜਦੋਂ ਗ੍ਰਹਿ ਮੰਤਰੀ ਨੇ ਕਹਿਤਾ ਸੀ ਕਿ ਬਹੁਤ ਇੱਕ ਚੋਣ ਜੁਮਲਾ ਥਾ ਕਿ 15-15 ਲੱਖ ਤੁਹਾਡੇ ਖਾਤਿਆਂ 'ਚ ਆਉਣਗੇ, ਇਹਨਾਂ ਜੁਮਲਿਆਂ ਦੇ ਸਿਰ 'ਤੇ, ਜੁਗਾੜਾਂ ਦੇ ਸਿਰ 'ਤੇ ਤੁਹਾਡੀਆਂ ਸਰਕਾਰਾਂ ਚੱਲਦੀਆਂ ਨੇ। ਤੁਸੀਂ ਅਸਲ ਜਵਾਨ 'ਤੇ ਕਿਉਂ ਨਹੀਂ ਜਾਂਦੇ? ਅਸਲ ਮੁੱਦਿਆਂ 'ਤੇ ਕਿਉਂ ਨਹੀਂ ਜਾਂਦੇ? ਇਹ ਲੋਕ ਤੁਹਾਡੀ ਬਦੌਲਤ ਬਹੁਤ ਸਾਰੇ ਇੱਥੇ ਐਡੀ ਮਹਿੰਗਾਈ ਹੋ ਗਈ, ਅੱਜ ਤੱਕ ਤੁਸੀਂ ਮਹਿੰਗਾਈ ਦੇ ਉੱਤੇ ਕੁਛ ਬੋਲਿਆ ਕਿਉਂ ਹੋਈ ਹੈ? ਜਦੋਂ ਦੂਜਿਆਂ ਦੀ ਸਰਕਾਰ ਹੁੰਦੀ ਹੈ ਤਾਂ ਤੁਸੀਂ ਬਹੁਤ ਸਵਾਲ ਚੱਕਦੇ ਹੋ, ਜਦੋਂ ਉਹੀ ਕੁਛ ਆਪਣੀ ਸਰਕਾਰ 'ਚ ਆ। ਜੇ ਮੈਂ ਗੈਸ ਸਿਲੰਡਰ ਦੀ ਗੱਲ ਕਰਦਾ, ਅੱਜ ਹਰਿਆਣੇ 'ਚ ਕਹਿ ਰਹੇ ਨੇ ਅਸੀਂ 500 'ਚ ਦੇਵਾਂਗੇ, ਤੁਹਾਡੀ ਸਰਕਾਰ ਅਜੇ ਆਉਣੀ ਹੈ, 10 ਸਾਲ ਤੋਂ ਤੁਹਾਡੀ ਸਰਕਾਰ ਚੱਲ ਰਹੀ ਹੈ, ਤਾਂ ਦਿੱਤਾ ਕਿਉਂ ਨਹੀਂ? ਇਹ ਗੱਲ ਬੜੇ ਅਜੀਬ ਨੇ। ਅਸੀਂ ਦੇਵਾਂਗੇ, 450 ਦਾ ਗੈਸ ਸਿਲੰਡਰ ਸੀ, 400 ਤੋਂ 450 ਹੋਇਆ ਤੁਹਾਡੀ ਇੱਕ ਮੰਤਰੀ ਨੇ ਪੂਰੇ ਭਾਰਤ ਦੇ ਵਿੱਚ, ਜਿਹਨੂੰ ਉਹਦਾ ਨਾਂ ਛੱਡ ਕੇ ਲੋਕ ਸਿਲੰਡਰ ਰਾਣੀ ਕਹਿਣ ਲੱਗ ਗਏ ਸੀ। ਭਾਵ ਦੂਜਿਆਂ ਦਾ ਦੇਖਿਆ ਤਾਂ ਤੁਸੀਂ ਸਿਲੰਡਰ 1100 ਤੋਂ ਪਾਰ ਕਰਾਤਾ, ਉਹਦੀਆਂ ਤੁਹਾਡੀਆਂ ਘੁੰਗਣੀਆਂ ਪੈ ਗਈਆਂ, ਮੂੰਹ 'ਚ ਬੋਲੇ ਹੀ ਨਹੀਂ। ਸੋ ਮੁੱਦਿਆਂ 'ਤੇ ਸਿਆਸਤ ਛੱਡ ਕੇ ਇਹ ਸਿਆਰੇ ਸਿਆਸੀ ਆਗੂ ਇੱਕ ਦੂਜੇ ਦੇ ਉੱਤੇ ਭਾਸ਼ਾ ਉਹ ਬੋਲਦੇ ਹੈ, ਉਹ ਕਹਿੰਦੇ ਤੈਂ ਇਹ ਬੋਲੀ ਆ ਨਾ, ਮੈਂ ਤੈਨੂੰ ਇਸ ਤੋਂ ਵੀ ਘਟਿਆ ਭਾਸ਼ਾ ਬੋਲ ਕੇ ਦਿਖਾਉਂਦਾ, ਤੂੰ ਫਿਰ ਦੇਖੀ। ਸੋ ਜਿਹੜਾ ਇਸ ਪਾਸੇ ਵੱਲ ਨੂੰ ਇਹ ਕੰਮ ਚੱਲਿਆ, ਇਹ ਗਲਤ ਨਹੀਂ ਹੋਣਾ ਚਾਹੀਦਾ। ਤਾਂ ਸਭ ਗੱਲ ਕਰਦੇ ਹਾਂ ਬੀਬੀ ਜਗੀਰ ਕੌਰ ਉਹਨਾਂ ਦੀ। ਤੁਹਾਨੂੰ ਪਤਾ ਹੀ ਹੈ ਕਿ ਬੀਬੀ ਜਗੀਰ ਕੌਰ ਦੇ ਉੱਤੇ ਇੱਕ ਇਲਜ਼ਾਮ ਲੱਗਿਆ ਵੀ ਇਹਨਾਂ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਸੀ, ਜਿਹਦੇ ਚੱਲਦੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਵੀ ਇਹਨਾਂ ਨੂੰ ਅਕਾਲ ਤਖਤ ਵਿਖੇ ਤਲਬ ਕੀਤਾ ਜਾਵੇ ਅਤੇ ਸਜ਼ਾ ਦਿੱਤੀ ਜਾਵੇ। ਹਾਲਾਂਕਿ ਮਾਮਲਾ ਕੋਰਟ ਦੇ ਅਧੀਨ ਸੀ ਵਿਟਲ ਸਾਹਿਬ। ਦੇਖੋ ਇਹ ਮਾਮਲਾ ਜਿਹੜਾ ਹੈਗਾ, ਬੀਬੀ ਜਗੀਰ ਕੌਰ ਦੀ ਜਿਹੜੀ ਸਪੁੱਤਰੀ ਹਰਪ੍ਰੀਤ ਕੌਰ ਦਾ ਕੇਸ ਸੀ, CBI ਦਾ ਹੋਇਆ, ਪਟਿਆਲੇ ਦੇ ਵਿੱਚ ਚੱਲਿਆ ਅਤੇ ਪਟਿਆਲੇ ਦੀ CBI ਅਦਾਲਤ ਨੇ ਬੀਬੀ ਜਗੀਰ ਕੌਰ ਹੋਰਾਂ ਨੂੰ ਸਜ਼ਾ ਦਿੱਤੀ ਸੀ। ਉਹ ਸੁਪਰੀਮ ਕੋਰਟ ਦੇ ਵਿੱਚ ਗਏ ਅਤੇ ਉੱਥੇ ਜਾ ਕੇ ਬਰੀ ਹੋ ਗਏ ਜੀ। ਜੇ ਹੁਣ ਅਦਾਲਤ ਨੇ ਉਹਨਾਂ ਨੂੰ ਬਰੀ ਕਰਤਾ, ਉਹਨਾਂ 'ਤੇ ਉਹ ਦੋਸ਼ ਮੁਕਤ ਹੋ ਗਏ, ਕਿਵੇਂ ਹੋਏ ਮੈਂ ਇਹਦੇ 'ਚ ਨਹੀਂ ਜਾਣਾ। ਅਤੇ ਫਿਰ ਉਹ ਦੋਸ਼ ਹੀ ਨਹੀਂ ਜਦੋਂ ਰਹੇ, ਅਤੇ ਫਿਰ ਜਦ ਸਭ ਕਿਵੇਂ ਉੱਥੇ ਤਲਬ ਕਰ ਸਕਦੇ ਜੀ? ਜੇ ਉੱਥੇ ਸਜ਼ਾ ਹੋਈ ਜਾਂਦੀ, ਇੱਥੇ ਉਲਟ ਕੰਮ ਬਹੁਤ ਨੇ। ਇਹ ਜਿਹੜੇ ਗਏ ਨੇ ਨਾ, ਇਹ ਵੇਖ ਲੈਣ, ਇੱਥੇ ਇਹੋ ਜਿਹਾ ਕੁਛ ਵੀ ਹੋਇਆ ਕਿ ਜਥੇਦਾਰਾਂ ਨੇ ਮਾਫ ਕਰਤਾ, ਦੁਨਿਆਵੀ ਅਦਾਲਤ ਨੇ ਸਜ਼ਾ ਦਿੱਤੀ ਜੀ। ਇੱਥੇ ਤਾਂ ਦੁਨਿਆਵੀ ਅਦਾਲਤ ਉਹਨਾਂ ਨੂੰ ਮਾਫ ਕਰ ਚੁੱਕੀ ਹੈ, ਤਾਂ ਫਿਰ ਜਿਨ੍ਹਾਂ ਨੇ ਮੰਗ ਕੀਤੀ ਆ ਉਹ ਕਿਵੇਂ ਕੀਤੀ ਹੈ, ਉਹਦਾ ਕਿਵੇਂ ਪ੍ਰੂਵ ਹੋਊਗਾ? ਇਹ ਤਾਂ ਸਾਲ ਵੀ ਕਈ ਹੋ ਗਏ, 2000 ਦਾ ਮਾਮਲਾ ਇਹ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਇਹ ਮਾਮਲੇ ਦੀ ਇਕੱਲੀ ਇਕੱਲੀ ਤਰੀਕ ਉੱਤੇ ਮੈਂ ਕਵਰ ਕਰਨ ਵਾਸਤੇ ਜਾਂਦਾ ਹੁੰਦਾ ਸੀ ਜੀ। ਇਸੇ ਕਰਕੇ ਜਦੋਂ ਵੀ ਅਸੀਂ ਉੱਥੇ ਜਾਣਾ, ਬੀਬੀ ਜਗੀਰ ਕੌਰ ਹੋਣ, ਉਹ ਜਿਹੜੇ ਇਹਨਾਂ ਦੇ ਖਾਸ ਫਗਵਾੜੇ ਵਾਲੇ ਸੀ ਮੈਡਮ ਢੇਸੀ ਅਤੇ ਤਮਾਮ, ਅਤੇ ਉਹ ਪਰਮਜੀਤ ਸਿੰਘ ਰਾਏਪੁਰ, ਇਹ ਤਮਾਮ ਆਗੂ ਸਾਨੂੰ ਉੱਥੇ ਅਦਾਲਤਾਂ ਦੇ ਵਿੱਚ ਮਿਲਦੇ ਹੁੰਦੇ ਸੀ ਜੀ। ਔਰ ਬਾਕੀ ਗੱਲਾਂ ਹੋਰ ਨੇ,
ਆਪਾਂ ਜਿੱਦਾਂ ਦੀ ਪੱਤਰਕਾਰੀ ਕੀਤੀ ਹੈ ਕਦੇ ਤਲਕ ਕਲਾਮੀ ਵਾਲਾ ਗੱਲ ਹੀ ਨਹੀਂ ਕੀਤੀ ਜੋ ਅਦਾਲਤ 'ਚ ਹੋਇਆ ਲਿਖਤਾ। ਔਰ ਸਾਡੇ ਨਾਲ ਇਹਨਾਂ ਦਾ ਬਹੁਤ ਚੰਗੇ ਮਤਲਬ ਬਿਹਾਰ ਦੇ ਵਿੱਚ ਗੱਲਬਾਤ ਹੁੰਦੀ, ਘੰਟਾ ਘੰਟਾ ਦੋ ਦੋ ਘੰਟੇ ਇਕੱਠੇ ਬੈਠੇ ਰਹਿਣਾ। ਇਹਨਾਂ ਨੇ ਵੀ ਕਹਿਣਾ ਵੀ ਬਸ ਉਹਨਾਂ ਲਿਖ ਦਿਆ ਕਰੋ ਜੋ ਅਦਾਲਤ ਕਹੇ ਦਾ ਫੈਸਲਾ ਹੋਇਆ ਜੀ, ਅਤੇ ਅਦਾਲਤ ਤੋਂ ਪਰੇ ਜਾ ਕੇ ਅਸੀਂ ਮੈਂ ਘੱਟੋ ਘੱਟ ਮੈਂ ਆਪਣੇ ਆਪ 'ਤੇ ਕਹਿੰਦਾ ਮੈਂ ਕਦੇ ਵੀ ਲਿਖਣ ਦਾ ਯਤਨ ਨਹੀਂ ਕੀਤਾ। ਹੁਣ ਜਾਂ ਤਾਂ ਜਥੇਦਾਰ ਸਾਹਿਬ ਕੋਲ ਪਤਾ ਨਹੀਂ ਮੈਨੂੰ ਕੋਈ ਸਬੂਤ ਲੈ ਕੇ ਗਏ ਨੇ ਕਿ ਆਹ ਸਬੂਤ ਪਏ ਨੇ, ਪਰ ਜਿਹੜਾ ਮਾਮਲਾ ਤਾਂ ਜਿਨ੍ਹਾਂ ਨੇ ਅੱਜ ਗਏ ਨੇ ਹਾਈ ਕੋਰਟ ਤੋਂ ਬਾਅਦ ਇਹ ਕੇਸ ਸੁਪਰੀਮ ਕੋਰਟ ਜਾ ਸਕਦਾ ਸੀ, ਮੈਨੂੰ ਨਹੀਂ ਲੱਗਦਾ ਕਿ ਸੁਪਰੀਮ ਕੋਰਟ ਦੇ ਵਿੱਚ ਗਿਆ, ਜੇ ਗਿਆ ਤਾਂ ਮੈਨੂੰ ਯਾਦ ਨਹੀਂ। ਹੁਣ ਕੀ ਸਬੂਤ ਦੇਣਗੇ ਉਹਦੇ ਆਧਾਰ 'ਤੇ ਕਾਰਵਾਈ ਹੋ ਸਕਦੀ ਹੈ, ਪਰ ਜੇ ਉੱਥੇ ਜਾਂ ਤਾਂ ਜੇ ਸੁਪਰੀਮ ਕੋਰਟ ਕੋਈ ਗਿਆ ਜਾਂ ਤਾਂ ਹਾਈ ਕੋਰਟ ਦਾ ਫੈਸਲਾ ਰੱਦ ਕਰਕੇ ਉਹ ਦੁਬਾਰਾ ਸਜ਼ਾ ਸੁਣਾਵੇ ਸੁਪਰੀਮ ਕੋਰਟ, ਫਿਰ ਤਾਂ ਮੰਨਿਆ ਜਾ ਸਕਦਾ। ਮੈਨੂੰ ਨਹੀਂ ਲੱਗਦਾ ਕਿ ਸੁਪਰੀਮ ਕੋਰਟ ਵੱਲੋਂ ਕੋਈ ਫੈਸਲਾ ਆਇਆ ਕੋਈ ਗਿਆ, ਉਹ ਮੇਰੇ ਧਿਆਨ 'ਚ ਨਹੀਂ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉੱਤੇ NSA ਲੱਗਿਆ ਅਤੇ ਉਹਨਾਂ ਦੇ ਉੱਤੇ ਸਾਥੀਆਂ ਦੇ ਉੱਤੇ ਵੀ NSA ਲੱਗਿਆ ਅਤੇ ਲਗਾਤਾਰ ਉਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਦੇ ਨੇ ਵੀ NSA ਖਾਰਜ ਕੀਤੀ ਜਾਵੇ ਢਿੱਲ ਸਾਹਿਬ। ਪਰ ਹੁਣ ਜੋ ਗੱਲ ਨਿਕਲ ਕੇ ਸਾਹਮਣੇ ਵੀ ਹਾਈ ਕੋਰਟ ਨੇ ਹੁਣ ਸਾਰਾ ਰਿਕਾਰਡ ਮੰਗਿਆ ਵੀ NSA ਕਿਸ ਆਧਾਰ ਦੇ ਉੱਤੇ ਲਗਾਈ ਗਈ ਹੈ ਜੀ? ਦੇਖੋ ਇਹ ਲੱਗਦੀ ਹੈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਭਾਵ DC ਵੱਲੋਂ ਇਸ ਸੰਬੰਧ ਦੇ ਵਿੱਚ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਸੰਬੰਧਿਤ ਸਾਰੀਆਂ ਧਿਰਾਂ ਨੂੰ ਨੋਟਿਸ ਕਰਤਾ ਹੈ ਕਿ ਅਗਲੀ ਤਰੀਕ ਦੇ ਉੱਤੇ ਤੁਸੀਂ ਆਓ ਆ ਕੇ ਆਪੋ ਆਪਣਾ ਪੱਖ ਐਫੀਡੈਵਿਟ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕਰੋ। ਅਗਲੀ ਪੇਸ਼ੀ ਦੇ ਉੱਤੇ ਇਹ ਕੀ ਹੁੰਦਾ, ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਇਹ ਮਾਮਲਾ ਸੁਣਵਾਈ ਅਧੀਨ ਹੈ। ਤੁਸੀਂ ਕਹਿ ਸਕਦੇ ਹੋ ਕਿ ਇਹ ਸਾਰਾ ਦਾ ਸਾਰਾ ਜਿਹੜਾ ਮਾਮਲਾ ਜਦੋਂ ਸੁਣਵਾਈ ਅਧੀਨ ਹੋਵੇ ਤਾਂ ਮਾਨਯੋਗ ਅਦਾਲਤ ਅਗਲੀ ਪੇਸ਼ੀ ਦੇ ਉੱਤੇ ਕਿਹੜਾ ਫੈਸਲਾ ਦਿੰਦੀ ਹੈ ਉਹਦੇ 'ਤੇ ਨਿਰਭਰ ਕਰਦਾ ਹੈ ਕਿ ਜੇ ਤਾਂ ਅਦਾਲਤ ਨੂੰ ਲੱਗਿਆ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਨੇ ਮਾਮਲਾ ਉਠਾਇਆ ਉਹ ਠੀਕ ਹੈ, ਉਹ ਰੱਦ ਵੀ ਕਰ ਸਕਦੀ ਹੈ, NSA ਰੱਦ ਹੋ ਜਾਏਗਾ, ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਜਾਣਗੀਆਂ। ਇਹ ਨਿਰਭਰ ਕਰਦਾ ਅਦਾਲਤ ਇਹਦੇ 'ਤੇ ਕਿਹੜਾ ਫੈਸਲਾ ਸੁਣਾਉਂਦੀ ਹੈ ਜੀ। ਸੋ ਦੂਜੇ ਪਾਸੇ ਗੱਲ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ, ਜੋ ਅਸੀਂ ਕਹਿੰਦੇ ਸੀ ਪੰਜਾਬ ਦੇ ਵਿੱਚ ਅਸੀਂ ਵੱਡੇ ਵੱਡੇ ਪ੍ਰੋਜੈਕਟ ਲਵਾਵਾਂਗੇ ਅਤੇ ਹੁਣ ਗੋਬਿੰਦਗੜ੍ਹ ਦੇ ਵਿੱਚ ਢਿੱਲਸਾ BMW ਜਿਹੜੀ ਕਾਰ ਆ ਉਹਦੇ ਪਾਰਟ ਬਣਿਆ ਕਰਨਗੇ ਮਾਨ ਸਾਹਿਬ ਦੀ, ਹਾਲਾਂਕਿ ਮੀਟਿੰਗ ਵੀ ਹੋ ਗਈ ਹੈ ਅਤੇ ਅਗਲੇ ਮਹੀਨੇ ਦੀ ਸ਼ੁਰੂਆਤ ਹੋਏਗੀ ਜੀ। ਦੇਖੋ ਇਹ ਮਾਮਲਾ ਬਹੁਤ ਆਪਣੇ ਸਮੇਤ ਸਾਰਿਆਂ ਨੇ ਚੁੱਕਿਆ ਸੀ ਜਦੋਂ ਇਹ ਜਪਾਨ ਗਏ ਸਨ ਅਤੇ ਜਿਹੜੇ ਅੱਜ ਕੱਲ੍ਹ ਉਹਨਾਂ 'ਤੇ ਲੱਗ ਰਹੇ ਨੇ ਦੋਸ਼ ਕਿ ਜਹਾਜ਼ 'ਚੋਂ ਡਿੱਗ ਪਏ, ਇਸ ਤਰ੍ਹਾਂ ਦੇ ਦੋਸ਼ ਜਦੋਂ ਇਹ ਜਪਾਨ 'ਚੋਂ ਆਏ ਸੀ ਉੱਥੇ ਵੀ ਲੱਗੇ ਸੀ, ਸਾਰੀਆਂ ਹੀ ਧਿਰਾਂ ਨੇ ਇਹਦੇ 'ਤੇ ਇਹਨਾਂ ਦੀ ਇੱਕ ਕਿਸਮ ਦੇ ਨਾਲ ਕਾਫੀ ਵੱਡੇ ਪੱਧਰ ਦੇ ਉੱਤੇ ਆਲੋਚਨਾ ਕੀਤੀ ਸੀ ਜਿਵੇਂ ਹੁਣ ਹੋ ਰਹੀ ਹੈ। ਅਜੇ ਗੱਲਾਂ ਬਹੁਤ ਨਿਕਲ ਕੇ ਨੇ ਉਹਦੇ ਵਿੱਚ ਆ ਰਹੀਆਂ ਨੇ ਕਿ ਇਹਨਾਂ ਦੇ ਸੁਪਰੀਮੋ ਨੇ ਕੁਛ ਕਹਿਤਾ ਅਤੇ ਮਾਨ ਸਾਹਿਬ ਦੇ ਮਨ ਨੂੰ ਲੱਗ ਗਈ ਜਿਹਦੇ ਕਰਕੇ ਸਾਰਾ ਕੁਛ ਵਾਪਰਿਆ। ਅਸਲੀਅਤ ਕੀ ਹੈ
ਇਹਦੇ ਬਾਰੇ ਨਾ ਤਾਂ ਆਮ ਆਦਮੀ ਪਾਰਟੀ ਦਾ ਕੋਈ ਬੁਲਾਰਾ ਬੋਲ ਰਿਹਾ, ਨਾ ਉਹ ਖੁਦ ਕਹਿ ਰਹੇ ਨੇ। ਉਹ ਤਾਂ ਕਹਿੰਦੇ ਅਪੋਲੋ ਹਸਪਤਾਲ 'ਚ ਦਾਖਲ ਕਰਾਤੇ ਨੇ। ਤਾਜ਼ਾ ਜਾਣਕਾਰੀ ਦੇ ਮੁਤਾਬਕ ਕਿ ਅਗਲੇ ਮਹੀਨੇ ਦੀ ਸ਼ੁਰੂਆਤ ਕਰਨਗੇ ਕਿ BMW ਦੇ ਇੱਥੇ ਸਪੇਅਰ ਪਾਰਟ ਪੰਜਾਬ 'ਚ ਬਣਾਏ ਜਾਣਗੇ। ਚੰਗੀ ਗੱਲ ਹੈ ਜੀ, ਸਾਰਾ ਕੁਝ ਸਹੀ ਹੈ। ਅਤੇ ਜਿਹੜੇ ਬੰਦੇ ਮਾਨ ਸਾਹਿਬ ਦੀ ਆਲੋਚਨਾ ਕਰਦੇ ਸੀ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਜਵਾਬ ਵੀ ਮਿਲ ਗਿਆ। ਕਹਿੰਦੇ ਕਿ BMW ਕੰਪਨੀ ਦੇ ਅਧਿਕਾਰੀ ਪੰਜਾਬ ਪਹੁੰਚੇ, ਉਹਨਾਂ ਨੇ ਮੁੱਖ ਮੰਤਰੀ ਅਤੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਨੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਕਹਿੰਦੇ ਅਗਲੇ ਮਹੀਨੇ ਪਲਾਂਟ ਦਾ ਕੰਮ ਸ਼ੁਰੂ ਹੋ ਜਾਊਗਾ ਅਤੇ ਮੁੱਖ ਮੰਤਰੀ ਇਹਦਾ ਨੀਂਹ ਪੱਥਰ ਰੱਖਣਗੇ। ਕਿਹੜੇ ਮੁੱਖ ਮੰਤਰੀ ਰੱਖਣਗੇ? ਜਿਹੜਾ ਵੀ ਉਸ ਵੇਲੇ ਹੋਇਆ। ਅੱਜ ਤਾਂ ਜੋ ਮਰਜ਼ੀ ਹੋਵੇ, ਮਾਨ ਸਾਹਿਬ ਪੁਰਾਣੇ ਮਿੱਤਰ ਨੇ ਕਾਲਜਾਂ ਵੇਲੇ ਤੋਂ ਲੈ ਕੇ। ਕਹਿੰਦੇ ਆ ਕਿ ਉਹ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਆਏ ਸਨ, ਮਾਨ ਸਾਹਿਬ ਥੋੜ੍ਹਾ ਜਿਹਾ ਤੌਰ ਤਰੀਕਾ ਬਦਲ ਲਓ, ਸਲਾਹਕਾਰਾਂ ਦੀ ਫੌਜ ਨਵੀਂ ਰੱਖ ਲਓ ਤਾਂ ਕਿ ਜਵਾਬ ਤੁਹਾਨੂੰ ਦੇਣਾ ਪੈਂਦਾ ਉਹ ਜਵਾਬ ਨਾ ਦੇਣਾ ਪਵੇ। ਬਾਕੀ ਤੁਹਾਡੇ ਮੁੱਖ ਮੰਤਰੀਸ਼ਿਪ ਹੁੰਦੀ ਹੈ ਨਹੀਂ ਹੁੰਦੀ ਤੁਹਾਡੇ ਸੁਪਰੀਮੋ, ਤੁਹਾਡੇ ਵਿਧਾਇਕਾਂ 'ਤੇ ਨਿਰਭਰ ਕਰਦੀ ਹੈ। ਜੇ 60 ਤੁਹਾਡੇ ਨਾਲ ਨੇ ਤਾਂ ਕੋਈ ਵੀ ਮਾਈ ਦਾ ਲਾਲ ਤੁਹਾਡੀ ਕੁਰਸੀ ਨੂੰ ਹੱਥ ਨਹੀਂ ਪਾ ਸਕਦਾ, ਪਰ ਜੇ ਲੋਕ ਸਭਾ ਵਾਂਗ ਤੁਸੀਂ 32 ਰਹਿ ਗਏ, 62 'ਤੇ ਹਾਰ ਗਏ ਲਗਭਗ 60 'ਤੇ, ਅਤੇ ਫਿਰ ਤਾਂ ਉਹਨਾਂ ਦੇ ਫੈਸਲੇ 'ਤੇ ਨਿਰਭਰ ਕਰੇਗਾ ਜੀ। ਸੋ ਦੂਜੇ ਪਾਸੇ ਸਾਡੇ ਟਰਾਂਸਪੋਰਟ ਮੰਤਰੀ ਜੀ ਲਾਲਜੀਤ ਸਿੰਘ ਭੁੱਲਰ ਵੱਲੋਂ ਗੈਰ ਕਾਨੂੰਨੀ ਕਲੱਬਿੰਗ ਦੇ ਖਿਲਾਫ਼ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਜੀ। ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਨੇ ਅਗਵਾਈ ਕੀਤੀ ਹੈ। ਤੁਸੀਂ ਯਾਦ ਕਰੋ, ਜਦੋਂ ਇਹ ਸਰਕਾਰ ਹੋਂਦ ਵਿੱਚ ਨਹੀਂ ਸੀ ਆਈ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਕਹਿੰਦੇ ਹੁੰਦੇ ਸੀ, ਆਹ ਜਿਹੜੀਆਂ ਬਾਦਲ ਪਰਿਵਾਰ ਦੀਆਂ ਕੰਪਨੀਆਂ ਚੱਲਦੀਆਂ ਨੇ ਨਾ, ਇੱਕ ਰੂਟ 'ਤੇ ਚਾਰ ਚਾਰ ਸਭ ਖਤਮ ਕਰ ਦਿਆਂਗੇ। ਕੈਪਟਨ ਅਮਰਿੰਦਰ ਸਿੰਘ ਦੇ ਉਹ 16 'ਚ ਕਹਿੰਦੇ ਹੁੰਦੇ ਸੀ ਆਹ ਜਿਹੜੇ ਬਿਜਲੀ ਸਮਝੌਤੇ ਕੀਤੇ ਆ ਨਾ, ਇਹ ਸਾਰੇ ਸਾਰੇ ਰੱਦ ਕਰ ਦਿਆਂਗੇ। ਅਤੇ ਜਿਹੜੇ ਬੰਦੇ ਨੇ ਸਭ ਤੋਂ ਵੱਧ ਆੜੇ ਇੱਥੇ ਲੈਂਦਾ ਸੀ ਨਵਜੋਤ ਸਿੱਧੂ, ਉਹਨੂੰ ਬਿਜਲੀ ਦਾ ਮਹਿਕਮਾ ਮਿਲ ਗਿਆ, ਉਹਨੇ ਜੁਆਇਨ ਹੀ ਨਹੀਂ ਕੀਤਾ। ਭਾਵ ਨਾ ਉਹਨਾਂ ਦੀ ਟਰਾਂਸਪੋਰਟ ਬੰਦ ਹੋਈ ਅਤੇ ਨਾ ਬਿਜਲੀ ਸਮਝੌਤੇ ਹੀ ਰੱਦ ਹੋਏ। ਲਾਲਜੀਤ ਸਿੰਘ ਭੁੱਲਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਗੈਰ ਕਾਨੂੰਨੀ ਜਿਹੜੇ ਇਹ ਕਲੱਬ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹੈ, ਮੋਟਰ ਵਹੀਕਲ ਐਕਟ 1999 ਦੇ ਨਿਯਮ 80A ਤਹਿਤ ਉਲੰਘਣਾ ਕਰਨ 'ਤੇ ਜਿਹੜੇ ਕੰਪੋਜਿਟ ਪਰਮਿਟ ਨੇ, ਸਟੇਟ ਕੈਰੇਜ ਪਰਮਿਟ ਨੂੰ ਕਲੱਬਿੰਗ ਵਿੱਚ ਇਹ ਐਕਸ਼ਨ ਕੀਤਾ ਜਾਵੇਗਾ। ਇਹਦੀ ਪੂਰੀ ਡਿਟੇਲ ਤਾਂ ਇਹ ਖੁਦ ਦੱਸਣਗੇ ਕਿ ਇਹਦੇ ਨਾਲ ਜਿਹੜਾ ਸਰਕਾਰੀ ਤੰਤਰ ਹੈ, ਸਰਕਾਰੀ ਟਰਾਂਸਪੋਰਟ ਮਹਿਕਮਾ ਹੈ, ਅਕਸਰ ਕਿਹਾ ਜਾ ਰਿਹਾ ਕਿ ਉਹਨਾਂ ਦੇ ਅੱਗੇ ਪਿੱਛੇ ਪ੍ਰਾਈਵੇਟ ਬੱਸਾਂ ਜਾਂਦੀਆਂ ਨੇ,
ਹੁਣ ਥੋੜ੍ਹਾ ਬਹੁਤਾ ਫਰਕ ਪਿਆ, ਪਹਿਲਾਂ ਬਹੁਤ ਜ਼ਿਆਦਾ ਸੀ। ਅਤੇ ਇਹ ਤਾਂ ਰੋਡਵੇਜ਼ ਦੇ ਪੀਪੇ, ਸਰਦੂਲ ਸਿਕੰਦਰ ਦਾ ਗਾਣਾ ਯਾਦ ਕਰਦੇ ਹੈ, ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਵਾਰੀ, ਇਹਦੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀ ਹੈ, ਲੰਬੇ ਰੂਟ 'ਤੇ ਜਾਣਾ ਜਾ ਕੇ ਲੋਕਲ ਰਹਿਣੀ ਹੈ। ਸੋ ਉਹ ਚੀਜ਼ ਹੈ, ਉਹਦੇ ਵਿੱਚ ਇੱਕ ਸਵਾਲ ਵੀ ਉਠਾਇਆ ਸੀ, ਕਹਿੰਦਾ ਅਸੀਂ ਮੁਕਤ ਬਦਨਾਮ, ਅਹਿਮਦ ਸਦੀਕ ਸਾਹਿਬ ਦਾ ਇਹ ਗੀਤ ਹੈ, ਅਸੀਂ ਮੁਕਤ ਬਦਨਾਮ ਚੌਂਟੇ ਅਫਸਰ ਚੱਕਦੇ ਨੇ। ਸੋ ਇਹਦੇ ਉੱਤੇ ਲਾਲਜੀਤ ਸਿੰਘ ਭੁੱਲਰ ਸਾਹਿਬ ਕਾਰਵਾਈ ਕਰਨ ਲੱਗੇ ਨੇ ਜੀ। ਸੋ ਦੂਜੇ ਪਾਸੇ ਦਿੱਲੀ ਦੀ ਗੱਲ ਕਰਦੇ ਢਿੱਲ ਸਾਹਿਬ, ਦਿੱਲੀ ਵਿੱਚ ਇੱਥੇ ਜਿਹੜੇ ਆਮ ਆਦਮੀ ਪਾਰਟੀ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਵੱਲੋਂ ਜਿੱਥੇ ਆਪਣਾ ਅਸਤੀਫਾ ਦਿੱਤਾ ਗਿਆ ਅਤੇ ਉਹਨਾਂ ਨੇ ਛੱਡਤੇ ਸੀਐਮ ਦੀ ਪਦ, ਅਤੇ ਹੁਣ 21 ਤਰੀਕ ਨੂੰ ਨਵੇਂ ਮੰਤਰੀ ਅਤੇ ਸੀਐਮ ਨੇ ਆਤਿਸ਼ੀ ਉਹ ਸਹੁੰ ਚੁੱਕਣਗੇ ਜੀ। ਦੇਖੋ ਬੀਬੀ ਆਤਿਸ਼ੀ ਮੁੱਖ ਮੰਤਰੀ ਦਾ ਚਿਹਰਾ ਬਣ ਚੁੱਕੇ ਨੇ, ਐਲਾਨ ਹੋ ਚੁੱਕਿਆ ਹੈ, ਕਹਿ ਸਕਦੇ ਹਾਂ ਵੀ ਆਪਾਂ, ਪਰ ਅਸਲ ਤੌਰ 'ਤੇ ਮੁੱਖ ਮੰਤਰੀ ਦਾ ਕੰਮ ਬਤੌਰ ਮੁੱਖ ਮੰਤਰੀ ਉਦੋਂ ਕਰਨਗੇ ਜਦੋਂ ਪਰਸੋਂ 21 ਤਰੀਕ ਨੂੰ ਬੀਬੀ ਆਤਿਸ਼ੀ, ਪਤਾ ਲੱਗਿਆ ਕਿ 1-2 ਮੰਤਰੀ ਵੀ ਨਾਲ ਸਹੁੰ ਚੱਕ ਰਹੇ ਹੈ, ਉੱਥੋਂ ਦੇ ਜਿਹੜੇ ਬੀ ਕੇ ਸਕਸੈਨਾ ਉਪ ਰਾਜਪਾਲ ਨੇ ਉਹ ਇਹਨਾਂ ਨੂੰ ਅਹੁਦੇ ਦੀ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਸੋ ਕੱਲ੍ਹ ਦਾ ਦਿਨ ਹੀ ਵਿੱਚ ਹੈ, ਅਤੇ ਪਰਸੋਂ ਤੋਂ ਫਿਰ ਜਿਹੜੀ ਸਭ ਤੋਂ ਵੱਡੀ ਕੁਰਸੀ ਹੈ, ਵੱਡੀ ਕੋਠੀ ਹੈ, ਉਹ ਬੀਬੀ ਆਤਿਸ਼ੀ ਦੇ ਹਿੱਸੇ ਆ ਜਾਵੇ ਜੀ। ਸੋ ਦੂਜੇ ਪਾਸੇ ਕੈਲੀਫੋਰਨੀਆ ਤੋਂ ਡਾਕਟਰ ਇੰਦਰਬਿੰਦਰ ਸਿੰਘ ਗਿੱਲ ਨੇ NRA ਦੇ ਮੈਂਬਰ ਬਣ ਗਏ ਨੇ ਜੀ। ਦੇਖੋ ਇੰਦਰਬਿੰਦਰ ਸਿੰਘ ਗਿੱਲ, ਡਾਕਟਰ ਇੰਦਰਬਿੰਦਰ ਸਿੰਘ ਗਿੱਲ, ਇਹਨਾਂ ਨੂੰ NRI ਕਮਿਸ਼ਨ ਪੰਜਾਬ, ਪੰਜਾਬ ਦੇ ਰਹਿਣ ਵਾਲੇ ਨੇ, ਰਹਿੰਦੇ ਅਮਰੀਕਾ ਦੇ ਵਿੱਚ ਨੇ, ਉਹਨਾਂ ਨੂੰ NRI ਕਮਿਸ਼ਨ ਦਾ ਮੈਂਬਰ ਲਾ ਦਿੱਤਾ ਗਿਆ। ਮਹਿਕਮਾ ਇਹ ਹੈਗਾ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਕੋਲ, ਅਤੇ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ, ਭਾਵ ਮੁੱਖ ਮੰਤਰੀ ਸਾਹਿਬ ਨੇ ਲਾਇਆ ਹੋਣਾ, ਰਾਜਪਾਲ ਸਾਹਿਬ ਫਿਰ ਅੱਗੇ ਇਹਦੇ 'ਤੇ ਮਨਜ਼ੂਰੀ ਦਿੰਦੇ ਨੇ, ਸਹੀ ਪਾਉਂਦੇ ਨੇ, ਤਾਂ ਗਿੱਲ ਸਾਹਿਬ ਨੂੰ ਲਾਇਆ ਹੈ, ਇਸ ਆਸ ਨਾਲ ਲਾਇਆ ਕਿ NRI ਸਮੱਸਿਆਵਾਂ ਪੰਜਾਬ ਦੀ ਸਰਕਾਰ ਘਟਾਉਣਾ ਚਾਹੁੰਦੀ ਹੈ, ਕਿੰਨੀਆਂ ਘਟਦੀਆਂ ਨੇ ਵੇਲਾ ਦੱਸੇਗਾ ਜੀ। ਸੋ ਪੰਜਾਬ ਦੇ ਵਿੱਚ ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨ ਲਗਾਤਾਰ ਢਿੱਲ ਸਾਹਿਬ ਸਰਕਾਰ ਦਾ ਵਿਰੋਧ ਕਰਦੇ ਨੇ ਜਾਂ ਮਿੱਲਾਂ ਦਾ ਵਿਰੋਧ ਕਰਦੇ, ਅਤੇ ਹੁਣ ਵੀ ਬਕਾਏ ਨੂੰ ਲੈ ਕੇ ਕਿਸਾਨਾਂ ਵੱਲੋਂ ਮਿੱਲ ਦੇ ਬਾਰੇ ਪੱਕਾ ਧਰਨਾ ਲਗਾ ਦਿੱਤਾ ਗਿਆ ਜੀ। ਦੇਖੋ ਜਿਹੜੀ ਇਹ ਖੰਡ ਮਿੱਲ ਹੈ, ਕੋਈ ਵੀ ਸਿਆਸੀ ਪਾਰਟੀ ਹੈ ਫਗਵਾੜੇ ਵਾਲੀ, ਕੋਈ ਵੀ ਸਿਆਸੀ ਪਾਰਟੀ ਜਦੋਂ ਐਲਾਨ ਕਰਦੀ ਹੈ ਤਾਂ ਉਹ ਆਸ਼ਕ ਮਸ਼ੂਕ ਵਾਲੀ ਕਰਦੀ ਹੈ, ਮੈਂ ਤੈਨੂੰ ਚੰਦ ਤੋਂ ਤਾਰੇ ਤੋੜ ਕੇ ਲਿਆ ਦਾਂਗਾ, ਪਰ ਜਦੋਂ ਹਕੀਕਤ 'ਚ ਆਉਂਦੇ ਹੈ ਉਹ ਚੀਜ਼ਾਂ ਕੱਲ੍ਹ ਦਾ ਗੱਲ ਰਹਿ ਜਾਂਦੀਆਂ ਨੇ ਜੀ, ਕੋਈ ਗੱਲ ਨਹੀਂ ਕਰਦੇ। ਇਹਦੇ ਵਿੱਚ ਹੁਣ ਇਹਨਾਂ ਨੇ ਜਿਹੜੇ ਇਹ ਖੰਡ ਮਿੱਲ ਹੈ ਫਗਵਾੜੇ ਵਾਲੀ ਜੀ, ਗੰਨੇ ਦੇ ਬਕਾਏ ਅਤੇ ਗੰਨੇ ਦੀ ਕੀਮਤ ਵਧਾਉਣ ਵਾਸਤੇ ਉਹਨਾਂ ਨੇ ਫਗਵਾੜਾ ਖੰਡ ਮਿੱਲ ਦੇ ਮੂਹਰੇ ਧਰਨਾ ਸ਼ੁਰੂ ਕਰਤਾ। ਮੇਰਾ ਖਿਆਲ ਸਾਡੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡਗਾਂ ਸਾਹਿਬ, ਅਤੇ ਖੁੱਡਗਾਂ ਸਾਹਿਬ ਨੂੰ ਚਾਹੀਦਾ ਕਿ ਇਹ ਜਲਦ ਤੋਂ ਜਲਦ ਮਸਲਾ ਹੱਲ ਕਰਾਉਣ ਤਾਂ ਕਿ ਕਿਸਾਨ ਧਰਨਾ ਸਮਾਪਤ ਕਰ ਦੇਣ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੇ, ਢਿੱਲੋਂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ। ਅਸਲ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ, ਜਿਹਨੇ ਪ੍ਰੋਗਰਾਮ ਸਾਰਾ ਦੇਖਿਆ। ਪ੍ਰੋਗਰਾਮ ਲੈ ਕੇ ਕੱਲ੍ਹ ਫੇਰ ਹਾਜ਼ਰ ਹੋਵਾਂਗੇ। ਧੰਨਵਾਦ।